ਸਲਾਮਤ ਰਹੋ। ਬੜਾ ਸੋਹਣਾ ਦੁੱਖੜੇ ਬੜਾ ਸਾਧ ਨੇ, ਚਾਰ ਵਕਤ ਇਹੋ ਜਿਹੇ ਔਖੇ ਹੁੰਦੇ ਨੇ, ਚਾਰ ਵਕਤ ਇਹੋ ਜਿਹੇ ਔਖੇ ਹੁੰਦੇ ਨੇ। ਦੁਆ ਮੰਗੋ ਉਹਨਾਂ ਔਖਿਆਂ ਵੇਲਿਆਂ ਦੇ, ਮਾਵਾਂ ਤੋਂ ਉਹਨਾਂ ਦੇ ਬੱਚੇ ਜੁਦਾ ਨਾ ਹੋਣ, ਕਿਸੇ ਮਾਂ ਦੇ ਬਾਲ ਨਾ ਨਿਖੜੇ। ਬਹੁਤ ਥੋੜਾ ਮਸਾਹਿਬ ਪੜ੍ਹਨਾ, ਬੜਾ ਮੇਰਾ ਪਿਆਰਾ ਪੁੱਤਰ ਜਿਸ ਵੇਲੇ ਬਾਅਦ ਪੜ੍ਹਨਾ, ਤੇ ਬਹੁਤ ਅੱਛਾ ਮਸਾਹਿਬ ਖਾਨ ਹੈ। ਅੱਲਾਹ ਉਹਦੀ ਹੋਰ ਜ਼ਿੰਦਗੀ ਦਰਾਜ਼ ਕਰੇ, ਔਰ ਦੇਰ ਪਾ ਇਹ ਜ਼ਿਕਰ ਇਸੇ ਤਰ੍ਹਾਂ ਕਰਦਾ ਰਹੇ। ਤੇਰੀ ਗੱਲ ਸੁਣਦੇ ਫਿਰ, ਚਾਰ ਵਾਰ ਬੜੇ ਔਖੇ, ਦੁਆ ਮੰਗਾਓ ਤੇ ਨਾ ਔਖੇ ਔਖੇ, ਕਿਸੇ ਮਾਂ ਤੋਂ ਉਹਦੇ ਬੱਚੇ ਜੁਦਾ ਨਿਖੜੇ ਨਹੀਂ। ਪਹਿਲਾਂ ਜਿਹੜੇ ਆਸਮਾਨ ਤੇ ਅੰਧੇਰੀ ਪੈ ਉੱਠਦੀ ਹੋਵੇ, ਇਦੋਂ ਤੀਕਰ ਦਾ ਵੇਲ ਹੋਵੇ, ਅੰਧੇਰੀ ਚੜੀ ਜਾਂਦੀ ਹੋਵੇ, ਤੇ ਕਿਸੇ ਮਾਂ ਦੀ ਨਜ਼ਰ ਪੈ ਜਾਏ ਜਿਹਦੇ ਬੱਚੇ ਛੋਟੇ, ਉਸ ਮਾਂ ਨੂੰ ਦੁਨੀਆਂ ਦੀ ਹਰ ਸ਼ੈ ਭੁੱਲ ਪੈਂਦੀ ਹੈ, ਸਿਰਫ ਬੱਚੇ ਨੂੰ ਚਾਹੀਦੀ ਹੈ। ਮੇਰੇ ਪੁੱਤਰ ਮੇਰੀਆਂ ਧੀਆਂ ਇਕੱਠੇ ਕਰਕੇ ਬਾਅਦ ਚ ਅਸੀਂ ਨਾ ਲਫ਼ਜ਼ ਉਸ ਜਿਹੜੀ ਪਰਦੇਦਾਰ ਉਸ ਗਲੀਏ ਚ ਨਿਕਲੀ ਪੁੱਛਦੀ ਵਸਦੀ ਅਸੀਂ ਇਹਦੇ ਮੇਰੀਆਂ ਧੀਆਂ ਦੀ ਅੰਧੇਰੀ ਚੜੀ ਜਾਂਦੀ ਹੈ, ਪਹਿਲਾਂ ਅੰਧੇਰੀ ਪਹਿਲਾਂ ਅੰਧੇਰੀ ਔਰ ਦੂਸਰਾ ਅੱਲਾ ਨੇ ਕਰੇ ਜ਼ਮੀਨ ਹਲਦੀ ਪਈ ਹੋਵੇ, ਮਕਾਨ ਟਾਂਦੇ ਪਏ ਹੋਵੇ, ਬੱਚਾ ਅੰਦਰ ਹੋਵੇ ਤੇ ਮਾਂ ਵਹਿ ਏਡਾ ਉਹ ਤੜਪ ਤੜਪ ਕੇ ਮਿੰਨਤਾਂ ਕਰਦੀ ਹੁੰਦੀ ਹੈ, ਅੱਲਾ ਦੇ ਨਾਂ ਤੇ ਮੇਰਾ ਬੱਚਾ ਬਚਾਓ। ਉਹਦਾ ਵੀ ਅੰਦਾਜ਼ਾ ਨਹੀਂ ਲਾ ਸਕਦਾ। ਜੇ ਤਰੀ ਗੱਲ ਦੱਸੀ ਵੀ ਬਸ ਆਸੂ ਤਰਾ ਸੀ, ਤ੍ਰੀਆ ਜਿਹੜੇ ਅੱਗ ਲੱਗ ਜਾਏ ਬਾਬਾ ਜੀ ਬਾਬਾ ਜੀ। ਅੱਲਾ ਨਾ ਕਰੇ ਕਿਸੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਬੱਚਾ ਅੰਦਰ ਹੋਵੇ ਤਾਂ ਮਾਂ ਭਾਇ ਹੋਵੇ, ਜਿਤਨਾ ਉਹ ਮਿੰਨਤਾਂ ਕਰਦੀ ਹੈ ਉਹ ਤਾਂ ਅੰਦਾਜ਼ਾ ਵੀ ਨਹੀਂ ਲੱਗ ਸਕਦਾ। ਚੌਥਾ ਜਿਹੜੇ ਕੋਈ ਲੁੱਟੇ ਨਾ ਜਾਏ, ਲੁੱਟ ਪੜ ਲੈਣੀ ਵੀ ਸੌਖੀ, ਲੁੱਟ ਸੁਣ ਲੈਣੀ ਵੀ ਸੌਖੀ, ਲੁੱਟ ਪੜ ਸੁਣ ਕੇ ਆਏ ਕਰ ਲੈਣਾ ਵੀ ਸੌਖਾ, ਪਤਾ ਉਸੇ ਨੂੰ ਹੁੰਦਾ ਜਿਹੜਾ ਲੁੱਟੀ ਵੇ। ਤੇ ਅੱਲਾ ਨਾ ਕਰੇ ਕਿਸੇ ਮਜ਼ਦੂਰ ਨੂੰ ਲੁੱਟ ਪੈ ਜਾਏ, ਉਹ ਮੁੜ ਮਾਲ ਦੀ ਪਰਵਾਹ ਨਹੀਂ ਕਰਦੀ, ਬੱਚਿਆਂ ਦੀ ਫਿਕਰ ਕਰਦੀ। ਕਿੰਨੀਆਂ ਚੀਜ਼ਾਂ ਆਉਂਦੀਆਂ, ਚਾਹ ਕਨੇਰੀ ਜ਼ਲਜ਼ਲਾ ਅੱਗ ਲੱਗ ਜਾ ਕੋਈ ਲੁੱਟਣ ਆ ਜਾਵੇ, ਇੱਕ ਵਾਰੀ ਮੈਂ ਫਿਰ ਆਖਣਾ ਤੇ ਨਾਰਾਜ਼ ਨਾ ਹੋਵੇ, ਹਨੇਰੀ ਜ਼ਲਜ਼ਲਾ ਅੱਗ ਲੱਗ ਜਾਏ ਕੋਈ ਲੁਕਣਾ ਜਾਏ। ਮੇਰੇ ਸਾਹ ਤੇ ਕੁਰਾਨ ਰੱਖੋ, ਚਾਰੇ ਚੀਜ਼ਾਂ ਦੀ ਕੇ ਲੈ ਇਕੱਠੀਆਂ ਸਹਰਾ ਦੀਆਂ ਥੀਆਂ ਤੇ ਖੈਮਿਆਂ ਦੇ ਛਾ ਗਏ। ਸੁਰਖ ਹਨੇਰੀ ਖੁੱਲ ਪਈ ਹੈ ਵਿੱਚ, ਜਬਰੀਲ ਵਾਲਾ ਪਿੰਡੇ ਤੇ ਆਲਾ ਗਰੀਬ ਜ਼ਮੀਨ ਹਲਦੀ ਜਿਹੜਾ ਪੱਥਰ ਚਾਹੋਂ ਅੱਗ ਵੀ ਲੱਗ ਗਈ ਏ ਤੇ ਲੁੱਟਣ ਵਾਲੇ ਵੀ ਆ। ਰੋਜ਼ ਤੋਂ ਪਏ ਕਿਸੇ ਦੀ ਹਸੀਅਤ ਹੀ ਆਸੋ ਹਰ ਅੱਖੇ ਤਾਰੇ, ਮੇਰਾ ਦਿਲ ਜਿੰਨੇ ਆਜ਼ਾਦਾਰ ਬੈਠੇ ਹੱਥ ਚਾਹ ਦੋ ਦੁਆਵਾਂ ਮੰਗੋ, ਜਲਦੀ ਕਰੇ ਹੱਥ ਸਿੱਧੇ ਕਰੇ, ਹੱਥ ਬੁਲੰਦ ਕਰੋ, ਜਿਨ੍ਹਾਂ ਦੇ ਘਰ ਪੀਵਣ ਵਾਸਤੇ ਪਾਣੀ ਨਾ ਹੋਵੇ ਇਨਸ਼ਾਅੱਲਾ ਉਸ ਘਰ ਅੱਗ ਨਾ ਲੱਗੇ। ਔਰ ਕੋਈ ਦੁਆ ਕਿਲੋ ਮੰਗੀਏ ਜਿੱਥੇ ਛੁਣਾ ਮਣਾ ਦਾ ਕੋਈ ਨਾ ਹੋਵੇ, ਸਾਡਾ ਲੁੱਟਣ ਕੋਈ ਨਾ ਹੋਵੇ। ਜਿਹੜੇ
سارے بندے ایک جی نہیں ہوں، ساری بیویاں ایک جی نہیں ہوں، سارے کامن بیٹھے سارے ایک جی، کسی ماتم کر لیا، کسی نے ہنسو آ گیا، کسی ہائے کی ہے، کسی سنے نہیں کی ہو گیا، جی لوگ کہنا لوٹ لو انہوں کا کوئی نہیں رہ گیا، انہوں کا ایک سردار ہے، وہ بیوی دکھا ظالم بہت بڑے ظلم سے تر گئے، اگے مرد جگ گئی وہ مک گئی، ہوں پردے دار بیویوں لوٹنا چاہتے ہیں، اللہ جانے وہ دل کتنی ہمت پیدا ہوئی، درکھی تر کے بیبیاں دے خیمے دے منہ وچ آ کے کھلو تے فوج دوڑتی آئی ہے، تواڈے جے سردار واسطے جملہ کافی ہے، فوج دوڑتی آئی ہے، انہاں اپنے سردار دی بیوی ڈٹھے ویتے گئے، ساری فوج کڈ 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 کر کے آج تو سارے سردار دی بیوی ہے، سر تیرا شرم ہے، سر تیرا یار ہے، اور اب لوگ کہتے ہیں ظالمو میرا یار کرتے ہو، بطول دیا دیا دا یار ہے، تو میرا یار کرتے ہو رسول دیا، اگے نہ ہٹ جا بڑیا پردے دار بیویاں، انہیں پچھا میں سے انہیں شوہ جو آکھے تیری بیوی سن لٹن نہیں ہونی، مر سکتی ہٹ نہ ہو سکتی، تجا بڑے نرم دل مومن بیٹھے ہو، تری لفظ بغیر ہو جی آخیا کر ملا دی زمین ہی ہل گئی ہے، شہید کی لاشیں چڑے پڑی ہو، بغیر آتا ہے تو جو نہیں ہٹنی تیریا کی لگتی چاہے مستور ہاتھ چاہے اس ایک بار کیتے مستور ہاتھوں سے چلے حوصلے تو صدقے وجا اندر پردے کھلو کے دی وہ جانے لگی میری قسمت میرا رائے کوئی نہیں گیا، پھر میرے مارے گئے پتر میرے مارے گئے بندری ہے میرے مارے نوجوان بڑے اوکھے ہوندے ہٹ گئی ہے تے ہمت نے ساری ہتھاں دا خون صاف کر کے نا دیا تساں کیوں آئے ہو ایدے کیوں آئے ہو آدھے نا سے لٹڑا آدھے نرمال دی لوڑ پھٹ دے ہوئے پھٹ دے ہوئے ہمیں اجڑ گئے ہم کریم بڑے بڑے میں ایک پھر اندر وینی ہاں تے میرا انتظار کرو ظالموں میرے واپس آمد میں خیمے پھر نہ دکھے ہیں بڑی ہے پردے دار بھی دکھے ہیں مار نوے سو جبنا سوڑ کے اور ادھا دیئے میں خیمے دے اندر گئی ہاں میں مر بن جا دا چنگا ساری انٹیاں بینیاں دیرہ بنا کے بیٹھ گئے نکے نکے بچے کول بیٹھے بچے تور تور ماما در بیٹھے ماما تور تور بچے در بچے ماما در بیٹھے ماما بچے در بیٹھے انتیئے دیانے دے جسے پانی میں نہ چلتا کوئی نہیں سردار کون ہے بیبیاں موسم سہن والے پاس اشارہ کیا تو تھل والے لوگوں واسطے بڑا دکھ جو بلا رہے ادب نال سامنے بہ کے آتما کہنی ہے سہن تو سردار ہو بیبی دیے میں سردار رام جدن میرا عباس میں سردار رام جدن میرے بوے تے پیراما دی قطار ہو گئے اور تو میرے سارے مارے گئے بیبی بڑے سالے ہیں نرمال دی روڑے میں چاہیے تو اللہ پردہ بچ جائے اللہ جانے کے لیے اس والی بھی دیا
آخیا کسی نے کچھ نہیں ویکیا گیا ساری بیبیا اٹھ دیں گیا جہد کول جو مال آئے لڑ دیا اکٹھا کرنے لگی رکھنے گیا کیوں کجا دی گیا جہد پوتر گئے کوشش بڑی کی سارا کچھ اللہ بلاؤ پھر کوشش تو بڑی کی لیکن قسمت ظاہر اللہ نہ کرے کسی مزدور نو لٹ پے ونے ان سجن یاد آنے سجنا یاد کرے دی دروازے لٹن لیا بیور کسی سجن نو یاد نہیں نانے باغ یاد نس کیتا پورا دل نو کر گیا سلطان وفاری Yeah.
ਮਾਰੇ ਤੂੰ ਨਮਾਜ਼, ਅੱਜ ਮੈਂ ਕਿਉਂ ਨਾ ਮਾਰਾ ਮੈਂ ਅਜੇ ਤੂੰ ਤਾਂ ਮੇਰੇ ਕੋਲੋਂ ਕੁਰਾਨ ਪੜ੍ਹਦੀ ਨਹੀਂ, ਅੱਜ ਮੈਂ ਮਰ ਜਾਵਾਂ ਮੈਂ ਤਾਂ ਅਲੀ ਦੀ ਧੀ ਤੂੰ ਕੁਰਾਨ ਪੜ੍ਹੇ ਜੀ ਤੇਰੇ ਮੈਂ ਸੁਜਾ ਨੂੰ ਉਜੜੀ ਹੋਇਆ ਜਵਾਬ ਦੇ ਤਣ ਕਿਹੜੇ ਜੁਰਮ ਮਾਰਿਆ ਗਿਆ